हाँ जी जी, अस्सलाम वालेकुम एंड सत श्री अकाल। मैं हाँ तुहाडा अपना होस्ट बाबा जी, और असी अज पहुँच गए बड़ी खास जगह दे उत्ते, एक कह लो तुसी कि तवारीखी जगह दे उत्ते। सिंह लाइव फ्रॉम सिंघपुरा। हाँ जी, बिल्कुल ये जगह जड़ी है, ये जड़ा मोहल्ला है, यह जड़ी सड़क जा रही है, इस पास दिल्ली नू जांदी है जी, वाघा अटारी नू। और साडे नाल अहमद हसन साहब भी ने, और यह आ रही है लाहौर शहर तो। दाल दस हाँ शहर लाहौर अंदर किन्ने बूहे तो किनिया बारियां ने, मैं कहांगा लखां बूहे तो लखां ही बारियां ने। ये लाहौर है जी मेरा सोना, और असीं खलोते हैं इस वेले सिंघपुरे च। एक सिंह साढ़े नाल आए हुए ने जिन्हां दा नाम है जी निशान सिंह। और वीर जी, किदां लग रहा कि लाहौर दे विच एक बाजार का नाम सिंघपुरा है? ਬਹੁਤ ਖੁਸ਼ੀ ਹੋ ਰਹੀ ਹੈ ਭਾਜੀ, ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਹੈ ਕਿ ਅੱਜ ਤੱਕ ਨਾਮ ਸਿੰਘਾਂ ਦਾ ਨਾਮ ਹੈਗਾ। ਹਾਂਜੀ, ਬਹੁਤ ਖੁਸ਼ੀ ਹੋ ਰਹੀ ਹੈ, ਪ੍ਰਾਊਡ ਫੀਲ ਹੋ ਰਿਹਾ ਕਿ ਸਿੰਘ ਇੱਕ ਸਿੰਘਪੁਰਾ ਚੌਂਕ ਦੇ ਵਿੱਚ ਖਲੋਤਾ ਹੋਇਆ, ਕਿਉਂਕਿ ਸਿੰਘਪੁਰਾ ਹੋਰ ਥਾਵਾਂ ਤੇ ਬਹੁਤ ਹੈਗੀਆਂ ਪਰ ਸਿੰਘਪੁਰਾ ਚੌਂਕ 'ਚ ਮੈਂ ਅਜੇ ਤੱਕ ਨਹੀਂ ਖਲੋਤਾ। ਹਾਂਜੀ, ਪਹਿਲੀ ਵਾਰ ਸਿੰਘ ਇੱਕ ਸਿੰਘਪੁਰਾ ਚੌਂਕ ਦੇ ਵਿੱਚ ਖਲੋਤਾ ਹੋਇਆ। ਇਹ ਚੌਂਕ ਪਾਕਿਸਤਾਨ ਦੇ ਸ਼ਹਿਰ ਲਾਹੌਰ ਦੇ ਅੰਦਰ ਹੈ ਔਰ ਈਸਟ ਲਾਹੌਰ ਦੇ ਅੰਦਰ ਹੈ ਜੀ। ਬਿਲਕੁਲ ਮੇਨ ਥਾਵਾਂ ਨਾਲ ਹੀ ਹੁਣੇ ਅਸੀਂ ਜਾ ਕੇ ਆਏ ਹਾਂ, ਯੂਨੀਵਰਸਿਟੀ ਹੈ ਕਿ ਨਹੀਂ ਜਿਹੜੀ ਕਿ ਸਿੱਖ ਨੈਸ਼ਨਲ ਕਾਲਜ ਸੀ। ਹਾਂ, ਸਿੱਖ ਨੈਸ਼ਨਲ ਕਾਲਜ ਤੋਂ ਲੈ ਕੇ 1932 ਤੱਕ ਸਿੱਖ ਨੈਸ਼ਨਲ ਕਾਲਜ ਸੀਗਾ, ਅਤੇ ਹੁਣ ਉੱਥੇ ਯੂਨੀਵਰਸਿਟੀ ਹੈ, ਅਤੇ ਅਸੀਂ ਉੱਥੇ ਵੀ ਸਾਰੇ ਦੇਖ ਕੇ ਆਏ ਹਾਂ, ਭਾਈ ਬੁੱਧੂ ਦੇ ਆਵਤ ਜਾ ਕੇ ਆਏ ਹਾਂ। ਉਹ ਸਾਰਾ ਕੁਛ ਇਸੇ ਰੋਡ ਦੇ ਉੱਪਰ ਹੀ ਆ, ਇੱਥੋਂ 1 ਕਿਲੋਮੀਟਰ ਹੋਏਗਾ। ਹੁਣ ਇੱਥੇ ਆਏ ਹਾਂ ਭਾਜੀ ਹੋਣਾਂ ਦੇ ਨਾਲ, ਸਿੰਘਪੁਰਾ ਚੌਂਕ ਆ, ਹਰ ਕੋਈ ਬਜ਼ੁਰਗ ਸਾਨੂੰ ਮਿਲਦਾ ਆ। ਹਾਂਜੀ, ਚਾਹ ਪਾਣੀ ਪੁੱਛ ਰਹੇ ਆ ਜੀ ਸਾਰੇ, ਕਹਿੰਦੇ ਆ ਚਾਹ ਛੱਕ ਲਓ, ਦੁੱਧ ਪੀ ਲਓ, ਲੱਸੀ ਪੀ ਲਓ। ਅੱਛਾ ਜੀ, ਕਿਸ ਤਰ੍ਹਾਂ ਦਾ ਫੀਲ ਹੁੰਦਾ ਜਦੋਂ ਤੁਸੀਂ ਇੱਕ ਸਰਦਾਰ ਨੂੰ ਪਾਕਿਸਤਾਨ 'ਚ ਦੇਖਦੇ ਹੋ? ਆਸਟ੍ਰੇਲੀਆ ਤੋਂ ਆਏ ਨੇ, ਮੈਲਬਨ ਦੇ ਸਰਦਾਰ ਨੇ ਸਾਡੇ ਜੀ। ਆਸਟ੍ਰੇਲੀਆ ਤੋਂ ਆਏ? ਹਾਂਜੀ, ਆਸਟ੍ਰੇਲੀਆ ਤੋਂ। ਜਿਹੜੀ ਮੈਂ ਆਪਣੇ ਵੱਡਿਆਂ ਤੋਂ ਗੱਲ ਸੁਣੀ ਹੈ ਉਹ ਤੁਹਾਨੂੰ ਮੈਂ ਦੱਸਣਾ। ਅਸੀਂ ਲੋਕ ਅੰਮ੍ਰਿਤਸਰ ਦੇ ਰਹਿਣ ਵਾਲੇ ਹਾਂ, ਬੱਲੇ ਬੱਲੇ ਸਿੱਖ ਬਰਾਦਰੀ ਨਾਲ ਤੱਲਕ ਹੈ ਸਾਡਾ। ਓਹ, ਅਤੇ ਮੁਸਲਮਾਨ ਹੋਏ ਹਾਂ ਤਕਰੀਬਨ 9-10 ਸਦੀਆਂ ਪਹਿਲੇ, ਯਾਨੀ ਕਿ ਐਨੀ ਪੁਛ ਤੋਂ ਪਹਿਲੇ। ਨਹੀਂ ਨਹੀਂ, 9-10 ਸਦੀਆਂ ਤੋਂ ਖੈਰ ਬਹੁਤ। ਅੱਛਾ ਜੀ, ਅੱਲਾ ਦੇ ਹਵਾਲੇ। ਅੱਛਾ ਜੀ, ਖਲੋਵੇ ਪਾਕਿਸਤਾਨ ਦੇ ਵਿੱਚ ਤੇ ਕਿੱਦਾਂ ਦੇਖੋ ਤੁਸੀਂ ਗੱਡੀਆਂ ਮੋਟਰਸਾਈਕਲਾਂ ਰੋਕ ਕੇ ਲੋਕੀ ਜਿਹੜੇ ਹੈ ਉਹ ਆ ਕੇ ਮਿਲਦੇ ਨੇ, ਕਿੱਦਾਂ ਕਿੱਦਾਂ ਪਿਆਰ ਹੈ ਨਾਨਕੇ ਨੂੰ ਸਾਡੀ ਰੰਧਾਵੇ ਦੀ ਲੜੇ ਉੱਥੇ ਸਾਡੀ ਕੋਲ ਹੈ ਪਤਲਕ ਥੱਲਕ ਥੋੜ੍ਹਾ ਜਿਹਾ, ਲੇਕਿਨ ਉਹ ਕਰੀ ਚਲੋ ਕਰੀ ਰੱਬ ਕਰੇ ਕਿਤੇ ਜਾਓ। ਅਸੀਂ ਅਸੀਂ ਕਹਿੰਦੇ ਹਾਂ ਕਿ ਸਾਡੇ ਕੁਹਾਨ ਹੈ, ਅਸੀਂ ਜ਼ਰੂਰ ਜਾਣਾ ਉੱਥੇ। ਉਹਦੀ ਵਜ੍ਹਾ ਪੁੱਛੋ ਕਿਉਂ, ਕਿਉਂਕਿ ਸਾਡੇ ਪਿਆਰ ਦਾ ਤਲਕ ਚੱਲ ਰਿਹਾ ਇੱਥੇ, ਲਾਈਵ ਚੱਲ ਰਹੀ ਆਓ ਇੱਥੇ। ਅਸੀਂ ਬਲਕਿ ਤੁਹਾਨੂੰ ਵੇਖ ਕੇ ਆਪਣਾ ਨਸਲਾਂ ਪਹਿਲਾਂ ਵਾਲਾ ਜਿਹੜਾ ਕੰਮ ਹੈ ਨਾ ਉਹ ਯਾਦ ਕਰ ਲੈ। ਆਜੋ ਮਿਲ ਲਓ, ਸ਼ੁਕਰ ਅਲਹਮਦੁਲਿਲਾ। ਚਲੋ ਤੁਹਾਨੂੰ ਵੇਖ ਕੇ ਬੈਠੇ ਚਲੋ ਸਲਾਮ ਕਰੋ। ਮੈਂ ਹੁਣੇ ਆਪਣੇ ਬਾਬਾ ਜੀ ਨੂੰ ਇਹੀ ਗੱਲ ਕਹਿ ਰਿਹਾ ਸਾਂ, ਮੈਂ ਕਿਹਾ ਬਾਬਾ ਜੀ
ਬਾਬਾ ਜੀ ਕਹਿੰਦੇ ਕਿੱਥੇ ਚੱਲਿਆ ਮੈਂ ਕਿਹਾ ਮੈਂ ਘਰ ਨਹੀਂ ਜਾਣਾ ਮੈਂ ਕਿਹਾ ਬਾਬਾ ਜੀ ਤੁਸੀਂ ਕਿੱਥੇ ਚੱਲੇ ਮੈਂ ਮੰਡੀ ਜਾਣਾ ਮੈਂ ਕਿਹਾ ਚਲੋ ਤੁਹਾਨੂੰ ਹਲਾ ਦਿੰਦਾ ਵਾ ਤੂੰ ਘਰ ਨਹੀਂ ਜਾਣਾ ਮੈਂ ਕਿਹਾ ਮੇਰੇ ਘਰ ਲੈ ਸੁੱਤੇ ਨੇ ਮੈਂ ਕਰ ਸਕਦਾ ਉਹਨਾਂ ਨੂੰ ਮੈਂ ਜਾ ਕੇ ਕਹਿੰਦਾ ਮੈਂ ਨਾਸ਼ਤਾ ਕਰਨਾ ਤੇ ਮੈਂ ਲੜਦਾ ਰਹਿੰਦਾ ਟਾਈਮ ਨਹੀਂ ਆ ਜੀ ਤੁਹਾਰੇ ਦੀ ਸੋਚ ਚੱਲ ਰਹੀ ਹੈ ਸਰਦਾਰ ਜੀ ਇਹਨਾਂ ਦੀ ਮਿਹਰਬਾਨੀ ਹੈ ਪਤਾ ਨਹੀਂ 8 ਵਜੇ ਕਿੱਦਾਂ ਨਾਸ਼ਤਾ ਛਕਾਤਾ ਸਾਨੂੰ ਇਹਨਾਂ ਨੇ ਤੁਸੀਂ ਦੇਖ ਰਹੇ ਹੋ ਖਾਲਸਾ ਰਾਜ ਫੁੱਟਸਟੈਪਸ ਇਨ ਪਾਕਿਸਤਾਨ ਦੇਖਦੇ ਰਹਿਣਾ ਕੋਈ ਨੀ ਦਿਖਾਏਗਾ ਏਦਾਂ ਦਾ ਖਾਲਸਾ ਰਾਜ ਤੇ ਜਿੱਥੇ ਰਾਜ ਦੀਆਂ ਪੀੜਾਂ ਸਨ ਜਿਹੜਾ ਨਾਮ ਹੀ ਸਿੰਘਪੁਰਾ ਸੀ ਕਿਸੇ ਹੋਰ ਦੇ ਪੂਰੇ ਦਿਨ ਆਪਣਾ ਨਾਮ ਨਹੀਂ ਰੱਖਿਆ ਆਪਣਾ ਪੂਰਾ ਵੱਖ ਬਣਾਇਆ ਸੀ ਤੇ ਉਸੇ ਪੂਰੇ ਦੇ ਵਿੱਚ ਮੈਂ ਸਰਦਾਰ ਨੂੰ ਲੈ ਕੇ ਆਇਆ ਸਾਰਿਆਂ ਨੂੰ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਰੱਬ ਰੱਖਾ ਜੀ ਰੱਬ ਰੱਖਾ ਜੀ ਰੱਬ ਰੱਖਾ ਆਓ ਜੀ ਤੁਹਾਨੂੰ ਅਸੀਂ ਲੈ ਚੱਲਦੇ ਹਾਂ ਜਿੱਦਾਂ ਆਓ ਇਹ ਟ੍ਰੈਡੀਸ਼ਨਲ ਮਿਲਕ ਸ਼ੋਪ ਜਿਹੜੀ ਹੈ ਜਿੱਦਾਂ ਦੁੱਧ ਸੇਲ ਹੁੰਦੇ ਸਾਡੇ ਇੱਥੇ ਇਹ ਉਹ ਹੈ ਇਹ ਵੱਡਾ ਲੈ ਕੇ ਆਏ ਆ ਸਿਰ ਢੱਕਿਆ ਹੋਇਆ ਬਿਲਕੁਲ ਠੀਕ ਹੈ ਜੀ ਹਾਂ ਵੇਖ ਲਓ ਕੱਪੜੇ ਪੂਰੇ ਲਾ ਕੇ ਔਰ ਉਸ ਤੋਂ ਬਾਅਦ ਹਾਂਜੀ ਸਾਫ਼ ਸਫਾਈ ਦਾ ਜਿਹੜਾ ਪੂਰਾ ਸ਼ੀਸ਼ੇ ਨਾਲ ਗਲਾਸ ਨਾਲ ਕਵਰ ਬਿਲਕੁਲ ਮੁਕੰਮਲ ਤੌਰ ਦੇ ਉੱਤੇ ਔਰ ਕੰਪਿਊਟਰਾਈਜ਼ ਜਿਹੜੀ ਹੈ ਆ ਜਾਓ ਇਹ ਜਿਹੜੀ ਕਹਿ ਲਓ ਤੁਸੀਂ ਕਿ ਪੰਜਾਬ ਦੀ ਸਾਡੀ ਟ੍ਰੈਡੀਸ਼ਨਲ ਲਾਹੌਰੀ ਦੁਕਾਨ ਜਿਹੜੀ ਹੈ ਉਹ ਹੈ ਖਾਲਸ ਦਹੀਂ ਔਰ ਉਸ ਤੋਂ ਬਾਅਦ ਤੁਸੀਂ ਉਹ ਦਹੀਂ ਦੇਖੋ ਜ਼ਰਾ ਇਹ ਥੋੜ੍ਹਾ ਨਾ ਕੱਟ ਕੇ ਦਿਖਾਓ ਜੀ ਉਹਨਾਂ ਨੂੰ ਜ਼ਰਾ ਨਹੀਂ ਖਾਣਾ ਨਹੀਂ ਹੁਣ ਚਾਹ ਹੋਣੀ ਹੈ ਜੇ ਕੱਪ ਰੱਖ ਕੇ ਆਏ 2 ਮਿੰਟ ਸਿਹਤ ਦਾ ਵੀ ਧਿਆਨ ਰੱਖਣਾ ਦੇਖੋ ਜੀ ਔਰ ਉਸ ਤੋਂ ਬਾਅਦ ਆ ਕੀ ਹੈ ਖੋਇਆ ਅੱਛਾ ਉਹ ਖੋਇਆ ਔਰ ਖੋਏ ਦਾ ਪੇੜਾ ਪੇੜਾ ਭਾਈ ਬੰਦ ਕਰੋ ਵੀਡੀਓ ਚੱਲੀਏ ਕੰਮ ਖਰਾਬ ਹੋ ਜਾਣਾ ਕਿਉਂ ਉਹਨਾਂ ਨੂੰ ਪੇੜਾ ਫੜੋ ਖਾ ਲਓ ਕਿਉਂ ਨਹੀਂ ਖਾਣਾ ਪੇੜਾ ਲਓ ਜੀ ਸਰਦਾਰ ਜੀ ਪੇੜਾ ਛਕ ਰਹੇ ਹੈ ਜੀ ਔਰ ਬਹੁਤ ਵਧੀਆ ਲਾਹੌਰੀਆਂ ਦਾ ਪਿਆਰ ਤੁਸੀਂ ਦੇਖ ਰਹੇ ਹਾਂ ਮਜ਼ਾ ਆਇਆ ਜੀ ਹੈ ਜ਼ਾਇਕਾ ਹੈਗਾ ਪੂਰਾ ਪੂਰਾ ਜੀ ਪੂਰਾ ਬਹੁਤ ਜੀ ਵਾਕਈ ਹੀ ਆ ਦੇਖ ਲਓ ਤੁਸੀਂ ਇਹ ਪੇੜੇ ਜਿਹੜੇ ਨੇ ਉਹ ਸਾਫ਼ ਕੀਤੇ ਜਾ ਰਹੇ ਨੇ ਔਰ ਉਸ ਤੋਂ ਬਾਅਦ ਸਾਡੇ ਇੱਕ ਖਾਣ ਨਾਲ ਭਾਜੀ ਨੇ ਹੋਰ ਲੱਲੇ ਆ ਇੱਕ ਹੋਰ ਖਾ ਲਈਏ ਤੁਸੀਂ ਹੋਰ ਲੱਲੋਗੇ ਖਾ ਲਓ ਨਹੀਂ ਨਹੀਂ ਬਸ ਵੀਰ ਜੀ ਬਸ ਬਸ ਠੀਕ ਹੈ ਜੀ ਔਰ ਉਸ ਸਾਈਡ ਤੇ ਕੀ ਹੈ ਜੀ ਅੱਛਾ ਵਾਹ ਜੀ ਵਾਹ ਉਹ ਦੇਖੋ ਜੀ ਅੱਧ ਰਿੜਕਾ ਜਿਹੜਾ ਹੈ ਉਹ ਵੀ ਪੂਰਾ ਤਿਆਰ ਕੀਤਾ ਜਾ ਰਿਹਾ ਹਰ ਕਿਸਮ ਦਾ ਰਿੜਕਾ ਜਿਹੜਾ ਤਿਆਰ ਹੈ ਤੁਹਾਡੇ ਕੋਲ ਮਾਰੋ ਜੀ ਮਿਧਾਣੀ ਤੇਰਾ ਲਓ ਜੀ ਸਿੰਘੋ ਰਗੜੇ ਲੱਗ ਚੁੱਕੇ ਆ ਆ ਜਾਓ ਛਕਣੀ ਕਹਿੰਦੇ ਤੇ ਕੀ ਬਾਤ ਹੈ ਉਹ ਕਹਿੰਦੇ ਨੇ ਦਸ ਹਾਂ ਸ਼ਹਿਰ ਲਾਹੌਰ ਅੰਦਰ ਆ ਦੇਖ ਲਓ ਤੁਸੀਂ ਮੋਟੀਆਂ ਮਲਾਈਆਂ ਮੋਟੀ ਮਲਾਈ ਪਾ ਕੇ ਦਿੰਦੇ ਆ ਜੀ ਮੈਂ ਤੇ ਨਹੀਂ ਰਹਿ ਸਕਦਾ ਸਿੱਧੀ ਗੱਲ ਹੈ ਮੈਂ ਤੇ ਲਾਹੌਰੀਆ ਜੀ ਮੈਂ ਤੇ ਪਿਆਲਾ ਪੂਰਾ ਛਕਣਾ ਜੀ ਤੁਹਾਡਾ ਕੀ ਪ੍ਰੋਗਰਾਮ ਹੈ ਮੈਂ ਹੁਣ ਤਾਂ ਨਹੀਂ ਛਕਣਾ ਪਰ ਛਕਣਾ ਹੋਣਾ ਜੀ ਪਰੌਂਠੇ ਖਾਧੇ ਆ ਚਲੋ ਫਿਰ ਸਪੈਸ਼ਲੀ ਆਪਾਂ ਇੱਥੇ ਆਵਾਂਗੇ ਇਸੇ ਦੁਕਾਨ ਤੇ ਆਵਾਂਗੇ ਔਰ ਇੱਥੇ ਆ ਕੇ ਲੇਕਿਨ ਹੁਣ ਨਾਸ਼ਤੇ ਦਾ ਟਾਈਮ ਹੈ ਸਾਰਾ ਦਿਨ ਇਸ ਤਰ੍ਹਾਂ ਨਹੀਂ ਮਿਲਦਾ ਇੱਥੇ ਕਿਉਂਕਿ ਸਵੇਰ ਦੇ ਟਾਈਮ ਹੀ ਮਿਲਦਾ ਕੱਲ ਸਵੇਰੇ ਆ ਜਾਾਂਗੇ ਹੈਂਜੀ ਕੱਲ ਸਵੇਰੇ ਐਵੇਂ ਨਾ ਲਾਰਾ ਲਾ ਜਿਓ ਦਿਓ ਕੱਲ ਨੂੰ ਡਿੱਗੀ ਜਾਣ ਸਾਰੇ ਕਿ ਬਸ ਸਾਡੀ ਦੁਕਾਨ ਤੇ ਸਰਦਾਰ ਨੇ ਆਉਣਾ ਸਵੇਰੇ ਨਾਸ਼ਤਾ ਕਰਨ ਠੀਕ ਹੈ ਜੀ ਕੱਲ ਨੂੰ ਆਵਾਂਗੇ ਚਲੋ ਜੀ ਬਹੁਤ ਹੀ ਵਧੀਆ ਲੱਗਾ ਜੀ ਬਹੁਤ ਪਿਆਰਾ ਸੁਭਾਅ ਹੈ ਇਹਨਾਂ ਦਾ ਔਰ ਬਹੁਤ ਪਿਆਰਾ ਦੇਖ ਲਓ ਤੁਸੀਂ ਇਹਨਾਂ ਦੀ ਦੁਕਾਨ ਜਿਹੜੀ ਮੈਂ ਕਹਾਂਗਾ ਕਿ ਮੈਨੂੰ ਜਿਹੜੀ ਮੈਂ ਦੇਖਣਾ ਚਾਹੁੰਦਾ ਸੀ ਸਾਡੀਆਂ ਦੁਕਾਨਾਂ ਇੰਨੀਆਂ ਸਾਫ਼ ਹੋਣ ਇੰਨੀਆਂ ਨੀਟ ਐਂਡ ਕਲੀਨ ਹੋਣ ਲੋਕ ਦੇਖ ਲਓ ਤੁਸੀਂ ਡਿਜੀਟਲਾਈਜ਼ ਜਿਹੜੀ ਕੈਸ਼ ਵੀ ਜਿਹੜੀ ਹੈ ਉਹ ਮੈਂ ਕਹਾਂਗਾ ਕਿ ਸਾਡੇ ਹੁਣ ਗੁੱਜਰ ਬਰਾਦਰੀ ਵੀ ਜਿਹੜੀ ਹੈ ਨਾ ਉਹ ਵੀ ਜਿਹੜੀ ਹੈ ਡਿਜੀਟਲਾਈਜ਼ ਹੋ ਗਈ ਹੈ ਡਿਜੀਟਲਾਈਜ਼ ਦੇ ਨਾਲ ਨਾਲ ਤੁਸੀਂ ਦੇਖੋ ਕਿ ਉਹਨਾਂ ਦੀ ਨੀਟ ਐਂਡ ਕਲੀਨਨੈਸ ਦਾ ਜਿਹੜਾ ਮੈਨੂੰ ਬਹੁਤ ਮੈਂ ਕਹਾਂਗਾ ਕਿ ਇਸ ਤੋਂ ਪਹਿਲੇ ਮੈਂ ਲਾਹੌਰ ਦੇ ਵਿੱਚ ਇੰਨਾ ਸੋਹਣਾ ਪ੍ਰਬੰਧ ਕਿਸੇ ਦਾ ਵੀ ਨਹੀਂ ਦੇਖਿਆ ਮੈਂ ਇਹ ਜੀ ਟ੍ਰੈਡੀਸ਼ਨਲ ਲਾਹੌਰ ਦੇ ਪਾਏ ਛੋਲੇ ਠੀਕ ਹੈ ਜੀ ਉਹ ਜਿਹੜੇ ਹੈ ਉਹ ਮੌਜੂਦ ਹੈ ਦੇਖੋ ਤੁਸੀਂ ਅੱਜ ਸਵੇਰ ਦੇ ਨਾਸ਼ਤੇ ਚੱਲ ਰਹੇ ਹੈ ਲਾਹੌਰੀਆਂ ਦੀ ਸਵੇਰ ਜਿਹੜੀ ਹੈ ਇਤਵਾਰ ਵਾਲੇ ਦਿਨ ਸੰਡੇ ਵਾਲੇ ਦਿਨ ਨਾਲ ਦੀ ਨਾਲ ਆ ਦੇਖੋ ਤੁਸੀਂ ਦੁੱਧ ਪੱਤੀ ਚੱਲ ਰਹੀ ਹੈ ਇੱਥੇ ਠੀਕ ਹੈ ਜੀ ਦੁੱਧ ਪੱਤੀ ਚੱਲ ਰਹੀ ਹੈ
ਔਰ ਅੱਗੇ ਪਾਨ ਸ਼ਾਪ ਹੈ, ਪਾਨ ਹੈ ਤਾਂ ਲਖਨਊ ਦਾ, ਲੇਕਿਨ ਤੁਸੀਂ ਦੇਖੋ ਇਹ ਖਾ ਕੇ ਇਲਾਚੀ ਵਾਲਾ ਪਾਨ, ਸਾਡੇ ਮੁਹੱਲੇ ਦੀ ਦੁਕਾਨ ਆਹ ਦੇਖ ਲਓ, ਪਾਨ ਪੱਤਾ ਕੱਢਿਆ ਭਾਈ ਹੋਰਾਂ ਨੇ, ਆਹ ਲੱਗ ਰਿਹਾ ਜੀ ਪਾਨ। ਇਹ ਨਜ਼ਾਰੇ ਯਾਰ ਜੀ ਸਾਰੇ ਤੁਹਾਨੂੰ ਸਿੰਘਪੁਰਾ ਚੌਕ ਦੇ ਵਿੱਚ ਅਸੀਂ ਪਹੁੰਚੇ ਹੋਏ ਹਾਂ ਜੀ, ਇਸ ਵੇਲੇ ਸਿੰਘਪੁਰਾ ਚੌਕ ਦੇ ਵਿੱਚ ਇੱਕ ਸਿੰਘ ਨੂੰ ਲੈ ਕੇ, ਅਤੇ ਤੁਹਾਨੂੰ ਉਹਨਾਂ ਦਾ ਦੱਸਿਆ ਵੀ ਹੈ ਜੀ, ਇਹ ਦੇਖ ਲਓ ਜੀ ਮੱਖਣ ਮਲਾਈਆਂ ਵਾਲਾ ਗਲਾਸ ਜਿਹੜਾ ਹੈ, ਇੱਦਾਂ ਜਿਹੜਾ ਹੈ ਨਾ ਪ੍ਰਜੈਂਟ ਕੀਤਾ ਜਾਂਦਾ, ਦੇਖੋ ਤੁਸੀਂ ਚੰਗਾ ਵੱਡਾ ਗਲਾਸ ਜਿਹੜਾ ਉਹ ਪਿਆਲੇ ਦੇ ਵਿੱਚ ਵੀ ਹੁੰਦਾ, ਔਰ ਅਗਰ ਤੁਸੀਂ ਚਾਹੋ ਤਾਂ ਵੱਡੇ ਗਲਾਸ 'ਚ ਵੀ ਲੈ ਸਕਦੇ ਹੋ ਜੀ। ਹਾਂਜੀ ਭਾਜੀ ਕਿੱਦਾਂ ਦਾ, ਤੁਸੀਂ ਹੁਣ ਥੋੜ੍ਹਾ ਜਿਹਾ ਕੰਪੇਅਰ ਕਰੋ ਆਪਾਂ ਕੱਲ੍ਹ ਨੂੰ ਪੀ ਕੇ ਦੱਸਾਂਗੇ ਐਕਸਪੀਰੀਅੰਸ ਆਪਣਾ। ਨਹੀਂ ਨਹੀਂ ਉੱਦਾਂ ਕੰਪੇਅਰ ਜਿੱਦਾਂ ਮਿਲਕ ਸ਼ਾਪਸ ਹੁੰਦੀਆਂ ਨੇ, ਹੋਰ ਤਾਂ ਆਪਾਂ ਇੱਥੇ ਨਹੀਂ ਅਜੇ ਕੋਈ ਵੀ ਦੇਖੀ, ਪਰ ਬਹੁਤ ਵਧੀਆ ਸਾਫ ਲੱਗਾ, ਤਾਂ ਹੀ ਮੈਂ ਕਿਹਾ ਕੱਲ੍ਹ ਨੂੰ ਆਪਾਂ ਆ ਸਕਦੇ ਹਾਂ ਇੱਥੇ। ਚਲੋ ਵੀਰ ਜੀ ਮੈਂ ਕਹਾਂਗਾ ਕਿ ਪਿਆਰ ਮੁਹੱਬਤ ਜਿਹੜੀ ਹੈ ਉਹੀ ਹਰ ਚੀਜ਼ ਹੈ, ਔਰ ਪਿਆਰ ਜਿਹੜਾ ਉਹ ਵਧਣਾ ਚਾਹੀਦਾ, ਅੱਗੇ ਤੋਂ ਅੱਗੇ ਅਸੀਂ ਜਾਈਏ ਔਰ ਪਿਆਰ ਜਿਹੜਾ ਨਾ ਉਹ ਦੇਖੇ। ਬਹੁਤ ਜੀ ਬਹੁਤ ਸ਼ੁਕਰੀਆ ਜੀ, ਰੱਬ ਰਾਖਾ ਜੀ, ਰੱਬ ਰਾਖਾ।